सत श्री अकाल, मैं जसविंदर पाल चैनल शान पंजाबी तुहाडा स्वागत है। तो आप गल करते हैं पंजाब विच आवारा पशु एक बहुत वड्डी समस्या बन गए ने, ते हुण किसान अते मजदूर पंजाब दे बहुत वड्डी इस नूं टक्कर दिंदे नज़र आए, जबकि प्रशासन वालों जो कार्रवाई नहीं की जाती तो फिरोजपुर के किसानों ने ममदोड़ तो लिया के आवारा पशु डीसी ऑफिस के सामने छड़ दिते, एक मंग पत्र भी दिता ता कि इस इन्ह आवारा पशुओं पर कंट्रोल किया जाए, नहीं तो वड्डा नुकसान आम लोगों का हो रहा है। तो प्रशासन इस प्रति गंभीर होने की गल की है। भारतीय किसान यूनियन मजदूर संगठन ने जिहड़े अज मंग की है फिरोजपुर के डीसी तो कि इन्हें तुरंत कार्रवाई की जाए। डीसी ऑफिस दे विच गौआं लै के ट्रालियां भर के एक की समस्या है? इह जी आवारा पशुआं दी समस्या पंजाब दे विच सारे ही आ, पर खास करके जिहड़ा बार्डर बिल्ट है मलदोट एरिया इहदे विच तां बहुत ज़्यादा है। सानूं जिहड़ियां गावां लै के आए हाँ असीं तीन चार ट्रालियां दे विच तकरीबन 25-26 पशु हन, ये जिधर नूं वी पैंदे ने ये सरार जी बिलकुल ऐ फराई करी जांदे ने। कणक की फसल आनू बिलकुल 2-3 किले तो रोज़ के रगड़ी जाते हैं। असी गौशाला जरा ममदोट है उन्होंने संपर्क की, उन्हें आख्या साढ़े कोई बजट नहीं है, असी गावों बिलकुल नहीं संभाल सकते, इस करके असी करके ट्रालियां भर के इतने लियाए हाँ ता कि कोई कल जिमीदार अक्या होया दुखी होया ਕੱਕੜ ਦੀਆਂ ਰਾਤਾਂ ਚੱਲਦਾ ਹੋਇਆ ਕਿਸੇ ਪਸ਼ੂ ਨੂੰ ਸੱਟ ਫੇਟ ਮਾਰ ਬੈਠਾ ਤੇ ਉਹ ਮਜਬੀ ਰੰਗ ਦੇ ਵਿੱਚ ਆ ਜਾਂਦਾ ਆ। ਸਾਡੀ ਜੀ ਇਹ ਗਊ ਮਾਤਾ ਨੂੰ ਇਤਰਾ ਕੀਤਾ ਇਤਰਾ ਕੀਤਾ ਸ਼੍ਰੀਮਾਨ ਜੀ ਜ਼ਿਮੀਂਦਾਰ ਬਹੁਤ ਭਾਰੀ ਤੰਗੀ ਦੇ ਵਿੱਚ ਹੈ। ਇੱਕ ਤਾਂ ਸਾਨੂੰ ਫਸਲਾਂ ਦੇ ਭਾਅ ਸਹੀ ਨਹੀਂ ਮਿਲਦੇ, ਦੂਜੇ ਨੰਬਰ 'ਤੇ ਆਵਾਰਾ ਪਸ਼ੂ ਇੰਨੇ ਕੁ ਨੇ ਪਿੰਡਾਂ ਦੇ ਵਿੱਚ, ਇਹ ਇੱਕ ਪਿੰਡ ਦੇ ਪਸ਼ੂ ਆਏ ਆ ਜੀ, ਹਰ ਪਿੰਡ ਦੇ ਵਿੱਚ 20-25 10-10 15-15 ਪਸ਼ੂ ਆਵਾਰਾ ਫਿਰਦੇ ਨੇ। ਇਹ ਕੀ ਕਰਦੇ ਨੇ, ਲੋਕ ਰੱਸਾ ਲਾ ਦਿੰਦੇ ਨੇ, ਕਿਸੇ ਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ, ਕੋਈ ਸਰਕਾਰ ਕਿਉਂ ਨਹੀਂ ਇਹਨਾਂ 'ਤੇ ਕਾਬੂ ਕਰਦੀ? ਜਦੋਂ ਕਿ ਰਹੀ ਬਜਟ ਦੀ ਗੱਲ ਪੈਸੇ ਦੀ ਗੱਲ, ਸਾਡੇ ਬਿਜਲੀ ਬਿੱਲਾਂ ਦੇ ਵਿੱਚ ਗਊਸ਼ਾਲਾ ਦਾ ਫੰਡ ਲੱਗ ਕੇ ਆਉਂਦਾ, ਉਹ ਫੰਡ ਇਹਨਾਂ ਨੂੰ ਗਊਸ਼ਾਲਾ ਨੂੰ ਕਿਉਂ ਨਹੀਂ ਦਿੱਤਾ ਜਾਂਦਾ? ਇਹ ਆਵਾਰਾ ਪਸ਼ੂ ਕਿਉਂ ਫਿਰਦੇ ਹਨ? ਇਹ ਸਰਕਾਰ ਇਹਨਾਂ ਨੂੰ, ਅਸੀਂ ਡੀਸੀ ਸਾਹਿਬਾਨਾਂ ਨੂੰ ਬਹੁਤ ਵਾਰੀ ਬਰਬਰੀ ਤੌਰ 'ਤੇ ਆਖ ਬੈਠੇ ਹਾਂ, ਲਿਖ ਕੇ ਵੀ ਦੇ ਬੈਠੇ ਹਾਂ ਕਿ ਆਵਾਰਾ ਜਿਹੜੇ ਪਸ਼ੂ ਹੈ ਇਹਨਾਂ ਦੀ ਬਹੁਤ ਵੱਡੀ ਸਮੱਸਿਆ, ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਪਰ ਕਿਸੇ ਪ੍ਰਸ਼ਾਸਨ ਦੇ ਕਿਸੇ ਦੇ ਵੀ ਕੰਨ 'ਤੇ ਜੂ ਨਹੀਂ ਸਰਕੀ, ਇਸ ਕਰਕੇ ਅਸੀਂ ਬਹੁਤ ਵੱਡੀ ਦੁਖੀ ਹਾਂ। ਅਸੀਂ ਤਾਂ ਕਰਕੇ ਗਊਆਂ ਲੈ ਕੇ ਆਏ ਹਾਂ, ਹੁਣ ਸੁਣਿਆ ਸਾਡੇ ਕੁਛ ਬੰਦੇ ਸਾਡੇ ਮੋਹਤਬਾਰ ਡੀਸੀ ਸਾਹਿਬ ਨੂੰ ਮਿਲਣ ਗਏ ਸੀ, ਡੀਸੀ ਸਾਹਿਬ ਤਾਂ ਨਹੀਂ ਮਿਲੇ, ਪਰ ਜਿਹੜੇ ਏਡੀਸੀ ਸਾਹਿਬ ਹੈ ਉਹਨਾਂ ਨੇ ਗੂਗਲਾਂ ਤੋਂ ਮਿੱਟੀ ਝਾੜ ਦਿੱਤੀ ਆ ਕਿ ਜੀ ਅਸੀਂ ਸਾਡੀ ਟੈਲੀਫੋਨ 'ਤੇ ਗੱਲ ਹੋ ਗਈ ਆ ਫਰੀਦਕੋਟ ਗਊਸ਼ਾਲਾ ਦੇ ਨਾਲ, ਉੱਥੇ ਛੱਡਿਓ। ਸਾਡੀ ਇਹ ਮੰਗ ਆ ਏਡੀਸੀ ਸਾਹਿਬ ਨੂੰ ਇੱਕ ਬੇਨਤੀ ਆ ਵੀ ਜੇ ਗਊਸ਼ਾਲਾ ਫਰੀਦਕੋਟ ਨੂੰ ਛੱਡਣ ਦਾ ਹੁਕਮ ਹੈ, ਉਹਨਾਂ ਨਾਲ ਤੁਹਾਡੀ ਗੱਲਬਾਤ ਹੈ, ਤਾਂ ਸਾਨੂੰ ਕੋਈ ਚਿੱਠੀ ਦਿੱਤੀ ਜਾਵੇ, ਸਾਨੂੰ ਕੋਈ ਲੈਟਰ ਦਿੱਤਾ ਜਾਵੇ, ਉਹ ਨਾ ਹੋਵੇ ਅਸੀਂ ਇੱਥੋਂ ਲੈ ਕੇ ਜਾਈਏ ਦੂਜਾ ਜ਼ਿਲ੍ਹਾ। ਉਹ ਆਖਰ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ ਅਤੇ ਅਸੀਂ ਖੱਜਲ ਖਰਾਬ ਹੋਈਏ, ਅਸੀਂ ਤਾਂ ਇਸੇ ਕਰਕੇ ਕਰਦੇ ਹਾਂ, ਅਸੀਂ ਅੱਗੇ ਬਹੁਤ ਦੁਖੀ ਹਾਂ ਜੀ। ਅਤੇ ਕੋਈ ਜਾਣ ਬੁੱਝ ਕੇ ਜਾਂ ਚਾਵਾਂ ਰੀਝਾਂ ਦੇ ਨਾਲ ਅਸੀਂ ਨਹੀਂ ਲੈ ਕੇ ਆਏ, ਭਾਰੀ ਗਿਣਤੀ ਕਹਿ ਨਹੀਂ ਸਕਦੇ ਵੀ ਜਿੱਦਾਂ ਅਸੀਂ ਦੁਖੇ ਹਾਂ। ਸਰਦਾਰ ਜੀ ਇਹਨਾਂ ਅਫਸਰਾਂ ਨੂੰ, ਡੀਸੀ ਸਾਹਿਬ ਨੂੰ, ਪ੍ਰਸ਼ਾਸਨ ਦੇ ਅਫਸਰਾਂ ਨੂੰ ਕੜਕ ਦੀ ਧੁੱਪ ਸਰਦੀ ਦੇ ਵਿੱਚ, ਰਾਤ ਨੂੰ ਕੱਕਰ ਦੇ ਵਿੱਚ ਸਾਨੂੰ ਅੱਧੀ ਅੱਧੀ ਰਾਤ 'ਤੇ ਸਰਦਾਰ ਜੀ ਪਹਿਰਾ ਦੇਣਾ ਪੈਂਦਾ, 3-3 ਸ਼ਿਫਟਾਂ ਲਾਉਣੀਆਂ ਪੈਂਦੀਆਂ ਸਾਨੂੰ, ਜਿਹੜਾ ਕਿ ਪਸ਼ੂਆਂ ਦੇ ਮਗਰ ਗਿੱਲੀਆਂ ਪੈਲੀਆਂ ਦੇ ਵਿੱਚ ਅਸੀਂ ਭੱਜਦੇ ਹਾਂ। ਬਹੁਤ ਵੱਡੀ ਸਾਡੀ ਸਮੱਸਿਆ ਆ, ਕਿਰਪਾ ਕਰਕੇ ਜਾਂ ਤਾਂ ਇਹਦਾ ਕੋਈ ਹੱਲ ਕੀਤਾ ਜਾਵੇ, ਇਹ ਜਿਹੜੇ ਪਸ਼ੂ ਆ ਇਹਨਾਂ ਨੂੰ ਇੱਥੇ ਹੀ ਡੀਸੀ ਦਫ਼ਤਰ ਦੇ ਉੱਤੇ ਲਵਾਇਆ ਜਾਵੇ, ਅਤੇ ਤਾਂ ਕਿ ਅਸੀਂ ਬਈ ਆਪਦੀ ਸੁੱਖ ਦੀ ਨੀਂਦ ਸੌਂ ਸਕੀਏ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਹਾ ਵੀ ਇਹ ਹੱਲੇ ਸਿਰਫ ਇੱਕ ਪਿੰਡ ਦੇ ਪਸ਼ੂ ਨੇ ਜੀ, ਕਿਹੜੇ ਪਿੰਡ ਤੋਂ ਆਏ ਤੁਸੀਂ? ਇਹ ਪਿੰਡ ਥਾਣਾ ਮਮਦੋਟ ਟਿੱਬੀ ਕਲਾਂ ਦੇ ਸਿਰਫ ਇੱਕੋ ਪਿੰਡ ਦੇ ਸਾਰੇ ਹੈਗੇ ਜਿੰਨੇ ਵੀ ਹੈਗੇ ਆ,
ਇਹਨਾਂ ਦੀ ਗਿਣਤੀ ਕੀਤੀ ਜਾਵੇ। ਇਹ 26-27 ਭਾਰੂ ਨੇ ਨਿੱਕੇ ਵੱਡੇ ਪਾ ਕੇ। ਇਸ ਤੋਂ ਇਲਾਵਾ ਜਿਹੜੇ ਆਸ ਪਾਸ ਦੇ ਹੋਰ ਪਿੰਡ ਹੈ ਉਹਨਾਂ ਵਿੱਚ ਵੀ ਇਹੀ ਸੇਮ ਸਮੱਸਿਆ? ਦੇਖੋ ਜੀ ਬਿਲਕੁਲ ਸੇਮ ਇਹੀ ਸਮੱਸਿਆ ਜੀ। ਹਰ ਪਿੰਡ ਦੇ ਵਿੱਚ ਕਿਸੇ 'ਚ 25 ਫਿਰਦੇ ਨੇ, ਕਿਸੇ 'ਚ 15 ਫਿਰਦੇ ਨੇ। ਹਰ ਪਿੰਡ, ਕੋਈ ਐਸਾ ਪਿੰਡ ਨਹੀਂ ਹੈਗਾ ਜਿਹੜਾ ਕਿ ਵਾਰਾ ਪਸ਼ੂਆਂ ਤੋਂ ਤੰਗ ਨਾ ਹੋਵੇ। ਕੀ ਤੁਸੀਂ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਗੁਰਦਿਆਲ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੋਨ ਮੰਦੋੜ ਦਾ ਮੈਂ ਕੈਸ਼ੀਅਰ ਹਾਂ। ਇਸ ਕਰਕੇ ਮੋਦਵਾਰ ਹੋਣ ਕਰਕੇ ਸਰਕਾਰ ਜੀ ਸਾਨੂੰ ਇਹ ਸਮੱਸਿਆ ਸੁਣਨੀ ਪੈਂਦੀ ਆ। ਕਿਉਂ, ਜਿਹੜਾ ਲੋਕਾਂ ਦੀ ਸਮੱਸਿਆ ਨਾ ਸੁਣਾਂਗੇ ਤਾਂ ਕੌਣ ਸੁਣੇਗਾ? ਪ੍ਰਸ਼ਾਸਨ ਦਾ ਕੁੰਭਕਰਨ ਦੀ ਨੀਤ ਸੁੱਤਾ ਹੋਇਆ ਆ, ਪਰ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਇਹ ਜਾ ਕੇ ਟੈਸ਼ਨ ਲੈ ਰਹੀਆਂ ਸਾਡੀਆਂ, ਜੋ ਕੁਛ ਐਕਸ਼ਨ ਲੈਂਦਾ। ਧੰਨਵਾਦ, ਇਹਦਾ ਕੋਈ ਹੱਲ ਕੀਤਾ ਜਾਵੇ, ਨਹੀਂ ਤਾਂ ਬਹੁਤ ਵੱਡਾ ਇਹਦਾ ਮਸਲਾ ਖੜਾ ਹੋ ਜਾਊਗਾ, ਬਹੁਤ ਵੱਡਾ ਇਹਦਾ ਸੰਘਰਸ਼ ਕੀਤਾ ਜਾਊਗਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।